ਨਮਸਕਾਰ, ਸਤਿ ਸ਼੍ਰੀ ਅਕਾਲ, ਜਾਗੋ ਪੰਜਾਬੀ, ਤੁਹਾਡਾ ਸਭ ਦਾ ਸਵਾਗਤ। ਅਸੀਂ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਨਾਜ਼ਰੀਨਾਂ ਦਾ ਵੀ ਸਵਾਗਤ ਕਰਦੇ ਹਾਂ। ਅਸੀਂ ਪਹਿਲਾਂ ਹੀ ਹਵਾ ਅਤੇ ਪਾਣੀ ਨੂੰ ਪਲੀਤ ਕਰ ਚੁੱਕੇ ਹਾਂ ਅਤੇ ਹੁਣ ਅਸੀਂ ਵਾਤਾਵਰਣ ਨੂੰ ਵੀ ਪਲੀਤ ਕਰਨ 'ਤੇ ਤੋਲੇ ਹੋਏ ਹਾਂ। ਕੁਦਰਤ ਦੀ ਇਸ ਦਿੱਤੀ ਨਿਆਮਤ ਨਾਲ ਅਸੀਂ ਲਗਾਤਾਰ ਖੇਡ ਰਹੇ ਹਾਂ। ਜੇ ਹਵਾ, ਪਾਣੀ ਅਤੇ ਵਾਤਾਵਰਣ ਪਲੀਤ ਹੋ ਗਿਆ ਤਾਂ ਫਿਰ ਮਨੁੱਖ ਦਾ ਰਹਿਣਾ ਹੋਰ ਵੀ ਔਖਾ ਹੋ ਜਾਵੇਗਾ। ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਫਾਜ਼ਿਲਕਾ ਦੇ ਨੌਜਵਾਨ ਨਵਦੀਪ ਅਸੀਜਾ ਦੀਆਂ ਕੋਸ਼ਿਸ਼ਾਂ ਜਾਰੀ ਨੇ। ਇਹਨਾਂ ਦੀ ਕੋਸ਼ਿਸ਼ ਸਦਕਾ ਪੰਜਾਬ ਭਰ ਵਿੱਚ ਈਕੋ ਕੈਬ ਦੀ ਸੁਵਿਧਾ ਸ਼ੁਰੂ ਹੋ ਚੁੱਕੀ ਹੈ। ਨਵਦੀਪ ਅਸੀਜਾ ਇੱਕ ਈਕੋ ਕੈਬ ਦੇ ਫਾਊਂਡਰ ਨੇ ਅਤੇ ਅੱਜ ਸਾਡੇ ਸਟੂਡੀਓ ਵਿੱਚ ਬਿਰਾਜਮਾਨ ਨੇ। ਅਸੀਂ ਇਹਨਾਂ ਨਾਲ ਰੋਡ ਸੇਫਟੀ ਬਾਰੇ ਵੀ ਗੱਲਾਂ ਕਰਾਂਗੇ। ਇਹ ਈਕੋ ਕੈਬ ਹੈ ਕੀ, ਇਹਦਾ ਕਨਸੈਪਟ ਕੀ ਹੈਗਾ ਜੀ? ਜੀ ਦੇਖੋ, ਈਕੋ ਕੈਬ ਕੁਛ ਵੀ ਨਹੀਂ ਹੈ ਕਿ ਅਗਰ ਇੱਕ ਪੁਰਾਣਾ ਜੋ ਰਿਕਸ਼ਾ ਸਾਡੇ ਮੇਰੇ ਖਿਆਲ ਹਰ ਸ਼ਹਿਰ ਦੇ ਹਰ ਕਸਬੇ ਦੇ ਵਿੱਚ ਪਾਇਆ ਜਾਂਦਾ ਹੈ, ਜੋ ਪੰਜਾਬ ਦੇ ਮੇਰੇ ਖਿਆਲ ਅਗਰ ਜਦ ਦੀ ਮੇਰੇ ਖਿਆਲ ਟਰਾਂਸਪੋਰਟੇਸ਼ਨ ਸਿਸਟਮ ਦੀ ਹੋਂਦ ਆਈ ਹੈ ਤਾਂ ਉਹ ਹੈ। ਤਾਂ ਈਕੋ ਕੈਬ ਨੂੰ ਕੀ ਹੈ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਜਾਂ ਜਦੋਂ ਦਾ ਸਾਈਕਲ ਰਿਕਸ਼ਾ ਬਣਿਆ, ਹਰ ਟਰਾਂਸਪੋਰਟੇਸ਼ਨ ਦੇ ਸਾਧਨ ਨੇ ਇੱਕ ਨਵਾਂ ਰੂਪ ਇਖਤਿਆਰ ਕੀਤਾ, ਨਵੇਂ ਤਰੀਕੇ ਨਾਲ ਆਇਆ, ਕਿਉਂਕਿ ਉਹਦੇ ਵਿੱਚ ਕਾਫੀ ਪੈਸਾ ਇਨਵੋਲਵ ਸੀ। ਇੱਕ ਸ਼ਾਇਦ ਸਾਈਕਲ ਰਿਕਸ਼ਾ ਜਿਹਾ ਸੀ ਕਿ ਜਿਹਦੇ ਬਾਰੇ ਕਿਸੇ ਨੇ ਕੋਈ ਸੋਧ ਹੀ ਨਹੀਂ ਲਈ ਸੀ। ਬਿਲਕੁਲ ਜੀ, ਇੱਕ ਐਡਾ ਕੁ ਵਧੀਆ ਵਾਤਾਵਰਨ ਨੂੰ ਬਚਾਉਣ ਵਾਲਾ, ਹਵਾ ਨੂੰ ਨਾ ਪੋਲਿਊਟ ਕਰਨ ਵਾਲਾ, ਔਰ ਸਾਰਿਆਂ ਨਾਲੋਂ ਜ਼ਿਆਦਾ ਅੱਛੀ ਗੱਲ ਕਿ ਕਰੀਬ ਪੰਜਾਬ 'ਚ 3 ਲੱਖ ਲੋਕਾਂ ਦਾ ਰੋਜ਼ਗਾਰ ਦਾ ਸਾਧਨ, 3 ਲੱਖ ਪਰਿਵਾਰਾਂ ਦਾ ਰਾਦਰ ਆਈ ਕਹਿੰਦੇ। ਬਿਲਕੁਲ, ਕਿ 15 ਲੱਖ ਲੋਕਾਂ ਦੀ ਰੋਜ਼ੀ ਰੋਟੀ ਸਿਰਫ ਇੱਕ ਸਾਈਕਲ ਰਿਕਸ਼ਾ ਤੋਂ ਚੱਲ ਰਹੀ ਹੈ। ਲੇਕਿਨ ਕਿਸੇ ਨੂੰ ਉਸ ਬਾਰੇ ਖਿਆਲ ਨਹੀਂ ਸੀ। ਹਾਂ, ਇਹਦੀ ਹੋਂਦ ਨੂੰ ਮਿਟਾਉਣ ਵਾਸਤੇ ਸਾਰੇ ਯਤਨ ਕੀਤੇ ਜਾ ਰਹੇ ਸੀ ਕਿ ਇਹਨਾਂ ਨੂੰ ਸੜਕਾਂ ਤੋਂ ਖਤਮ ਕਰ ਦਿੱਤਾ ਜਾਵੇ, ਇਹਨਾਂ ਨੂੰ ਮਾਰਿਆ ਕੁੱਟਿਆ ਜਾਵੇ। ਤਾਂ ਈਕੋ ਕੈਬ ਇੱਕ ਸਿਸਟਮ ਦਾ ਨਾਮ ਹੈ, ਮਤਲਬ ਕਿ ਜਿਹਦੇ ਵਿੱਚ ਇਸ ਦੀ ਹੋਂਦ ਨੂੰ ਦੁਬਾਰਾ ਇੱਕ ਨਵੇਂ ਤਰੀਕੇ ਨਾਲ ਗਲੋਰੀਫਾਈ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਨਵੀਆਂ ਟੈਕਨੋਲੋਜੀਜ਼ ਦੇ ਨਾਲ ਇਹਨੂੰ ਜੋੜਿਆ ਗਿਆ ਕਿ ਜਿਵੇਂ ਟੈਕਸੀ ਤੁਹਾਡੇ ਘਰ ਆ ਜਾਂਦੀ ਹੈ ਅਤੇ ਕਿਉਂ ਨਾ ਆਪਾਂ ਟੈਲੀਫੋਨ ਅਤੇ ਸਾਈਕਲ ਰਿਕਸ਼ਾ ਨੂੰ ਵੀ ਘਰ ਬੁਲਾ ਲਈਏ। ਸੋ ਇਸ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਨੂੰ ਜੋੜ ਕੇ ਉਹੀ ਪੁਰਾਣੇ ਇੱਕ ਸਿਸਟਮ ਨੂੰ ਇੱਕ ਨਵੇਂ ਰੂਪ ਦੇ ਨਾਲ ਇੱਕ ਤਾਂ ਕਿ ਇੱਕ ਅੱਛੀ ਸਰਵਿਸ ਲੋਕਾਂ ਨੂੰ ਮਿਲੇ, ਤੁਹਾਨੂੰ ਇੱਕ ਦੁਬਾਰਾ ਪੁਨਰ ਜਾਗਰਣ ਕਰਨ ਦਾ ਇੱਕ ਉਪਰਾਲਾ ਹੈ, ਜਿਹਨੂੰ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾਂ ਸੈਂਟਰ ਗੌਰਮੈਂਟ ਨੇ ਸਾਰਿਆਂ ਨੇ ਹੀ ਇੰਨੇ ਕੁ ਅੱਛੇ ਤਰੀਕੇ ਨਾਲ ਦਿੱਤਾ ਕਿ ਅੱਜ ਅਸੀਂ ਕਰੀਬ 23 ਸ਼ਹਿਰਾਂ ਦੇ ਵਿੱਚ ਉਸ ਸੇਵਾ ਨੂੰ ਚਲਾ ਰਹੇ ਹਾਂ। ਅਤੇ ਤੁਹਾਡੇ ਮਨ 'ਚ ਕਦੋਂ ਖਿਆਲ ਆਇਆ ਕਿ ਜਿਹੜਾ ਈਕੋ ਕੈਬ ਦਾ ਜਿਹੜਾ ਕਨਸੈਪਟ ਹੈਗੇ ਉਹ ਸ਼ੁਰੂ ਕੀਤਾ ਜਾਵੇਗਾ? ਇਹ ਕਰੀਬ ਜੀ ਸ਼ੁਰੂਆਤ ਹੋਈ 2007 ਦੀ ਅਗਰ ਮੈਂ ਗੱਲ ਕਰਾਂ ਤਾਂ ਕੀ ਹੁੰਦਾ ਕਿ ਸਾਰੇ ਇੱਕ ਜਦੋਂ ਵੀ ਕੋਈ ਤੁਸੀਂ ਇੱਕ ਮਿਡਲ ਕਲਾਸ ਫੈਮਿਲੀ 'ਚ ਸਾਰੇ ਹੁੰਦੇ ਨੇ ਤਾਂ ਹੁੰਦਾ ਕਿ ਪਹਿਲਾਂ ਪੜ੍ਹੋ, ਵੱਡੇ ਹੋ, ਕੁਛ ਕਮਾਓ। ਤਾਂ ਮੇਰੀ ਸਪੈਸ਼ਲਾਈਜੇਸ਼ਨ ਟਰਾਂਸਪੋਰਟੇਸ਼ਨ ਹੈ ਕਿ ਅਗਰ ਮੈਂ ਆਪਣੀ ਮਾਸਟਰਸ ਜਦੋਂ ਕੰਪਲੀਟ ਕੀਤੀ ਤਾਂ ਜ਼ਿਆਦਾਤਰ ਮੈਂ ਟਰਾਂਸਪੋਰਟੇਸ਼ਨ ਔਰ ਉਹਦੇ ਉੱਤੇ ਵੀ ਨੋਨ ਮੋਟਰ ਟਰਾਂਸਪੋਰਟ ਦੇ ਉੱਪਰ ਹੀ ਕੰਮ ਕਰ ਰਿਹਾ ਸੀ। ਤਾਂ ਪਹਿਲਾਂ ਹੀ ਸੋਚ ਇਹੀ ਸੀ ਕਿ ਇੱਕ ਤਾਂ ਹੈਗਾ ਕਿ ਅਮਰੀਕਾ ਚਲੇ ਜਾਓ, ਕਮਾ ਲਓ ਜਿੰਨੇ ਕੋਈ ਪੈਸੇ ਕਮਾਉਣੇ ਜਾਂ ਸਾਰਿਆਂ ਦਾ ਇੱਕ, ਲੇਕਿਨ ਇੱਕ ਹੈਗਾ ਕਿ ਕਿਉਂ ਨਾ ਇੱਕ ਜਿਹੜਾ ਆਪਣਾ ਪਹਿਲਾਂ ਜੋ ਸਿਸਟਮ ਹੈ ਉਹਨੂੰ ਕਿਉਂ ਨਾ ਚੁਸਤ ਦਰੁਸਤ ਕੀਤਾ ਜਾਵੇ। ਬਿਲਕੁਲ। ਤਾਂ ਇੱਕ ਤਾਂ ਸਾਨੂੰ ਇਹ ਸਿਖਾਇਆ ਜਾਂਦਾ ਕਿ ਜੋ ਪੁਰਾਣਾ ਉਹਨੂੰ ਸੱਟ ਦਿਉ ਅਤੇ ਇੱਕ ਨਵਾਂ ਲਿਆਓ। ਲੇਕਿਨ ਮੈਨੂੰ ਇਹ ਚੈਲੰਜ ਲੱਗਦਾ ਸੀ ਕਿ ਜਿਹੜੀਆਂ ਉਹ ਪ੍ਰੋਬਲਮ ਫੇਸ ਕਰ ਰਹੇ, ਲਾਈਕ ਅਗਰ ਛੋਟੇ ਸ਼ਹਿਰਾਂ ਦੀ, ਮੈਂ ਫਾਜ਼ਿਲਕਾ ਨੂੰ ਬਿਲੋਂਗ ਕਰਦਾ, ਬਿਲਕੁਲ, ਅਤੇ ਅਗਰ ਛੋਟੇ ਸ਼ਹਿਰਾਂ ਦੀ ਗੱਲ ਕੀਤੀ ਜਾਏ ਤਾਂ ਛੋਟੇ ਸ਼ਹਿਰ 'ਚ ਆਟੋ ਜਾਂ ਸਾਈਕਲ ਰਿਕਸ਼ਾ ਤੋਂ ਇਲਾਵਾ ਕੋਈ ਪਬਲਿਕ ਟਰਾਂਸਪੋਰਟ ਦਾ ਹੋਰ ਕੋਈ ਸਾਧਨ ਹੀ ਨਹੀਂ ਹੈ, ਖਾਸ ਕਰ ਬਜ਼ੁਰਗਾਂ ਨੂੰ। ਸ਼ੁਰੂਆਤ ਇੱਦਾਂ ਹੋਈ ਕਿ ਘਰ ਪੇਰੈਂਟਸ ਮੇਰੇ ਨੇ, ਮੈਂ ਜੋਬ ਵਾਸਤੇ ਕਦੇ ਬਾਹਰ ਜਾਣਾ ਪੈਂਦਾ, 2 ਬ੍ਰਦਰ ਅਸੀਂ ਬਾਹਰ ਹੀ ਰਹਿੰਦੇ ਹਾਂ, ਤਾਂ ਪੇਰੈਂਟਸ ਨੂੰ ਅਗਰ ਕਿਤੇ ਆਉਣਾ ਜਾਂ ਜਾਣਾ ਜਾਂ ਕੁਛ ਕੋਈ ਕੰਮ ਪੈ ਜਾਂਦਾ ਤਾਂ ਕਾਰ ਹੁੰਦਿਆਂ ਹੋਇਆਂ ਵੀ ਜਾਂ ਤੁਹਾਡੇ ਕੋਲ ਮੋਟਰਸਾਈਕਲ ਵੀ ਹੈ ਤਾਂ, ਲੇਕਿਨ ਤੁਸੀਂ ਆ ਜਾ ਨਹੀਂ ਸਕਦੇ। ਬਿਲਕੁਲ। ਔਰ ਇੱਕ ਰਿਕਸ਼ਾ ਵਾਲਾ ਉਹ ਵਿਚਾਰਾ ਇੱਕ ਆਦੀ ਹੋਂਦ ਪਿੱਛੇ ਲੜਾਈ ਕਰ ਰਿਹਾ, ਉਹਨੂੰ ਰੋਜ਼ਗਾਰ ਨਹੀਂ ਮਿਲ ਰਿਹਾ, ਉਹ ਸ਼ਾਇਦ ਉਹਦਾ ਪਰਿਵਾਰ ਭੁੱਖਾ ਮਿਲ ਰਿਹਾ। ਤਾਂ ਇਹ ਦੋਨੋਂ ਮੇਰੇ ਵਾਸਤੇ ਇੱਕ ਸਮੱਸਿਆਵਾਂ ਸੀ, ਇਸ਼ੂ ਸੀ, ਅਤੇ ਮੈਂ ਅਗਰ ਦੋਨਾਂ ਨੂੰ ਜੋੜ ਦਿੱਤਾ ਜਾਵੇ, ਔਰ ਟੈਕਨੋਲੋਜੀ ਹੈ, ਟੈਲੀਫੋਨ ਅੱਜ ਕੱਲ੍ਹ ਹਰ ਘਰ ਘਰ 'ਚ ਆ ਗਿਆ, ਸੋ ਟੈਲੀਫੋਨ ਦਾ ਸਹਾਰਾ ਲੈਂਦੇ ਹੋਏ ਇੱਕ ਯੂਜ਼ਰ ਅਤੇ ਰਿਕਸ਼ਾ ਚਲਾਉਣ ਨੂੰ ਮੈਂ ਜੋੜਨ ਦੀ ਕੋਸ਼ਿਸ਼ ਕੀਤੀ। ਔਰ ਮੈਨੂੰ ਸੀ ਕਿ ਆਪਣੇ ਹੀ ਸਿਸਟਮ ਨੂੰ ਇੰਪਰੂਵ ਕੀਤਾ ਜਾਏ ਰਾਦਰ ਦੈਨ ਕਿ ਉਹ ਇੱਕ ਵੈਸਟਰਨ ਟੈਕਨੋਲੋਜੀ ਨੂੰ ਕੁਛ ਲਿਆਇਆ ਜਾਏ। ਔਰ ਬਸ ਉੱਥੋਂ ਇੱਕ ਸ਼ੁਰੂਆਤ ਹੋ ਗਈ ਕਿ ਕਿਸ ਤਰ੍ਹਾਂ ਆਪਣੇ ਸ਼ਹਿਰ ਦੀ ਇੱਕ ਸਮੱਸਿਆ ਅਗਰ ਮੈਂ ਵਾਕਿਆ ਹੀ ਇੱਕ ਅੱਛਾ ਇੰਜੀਨੀਅਰ ਬਣਨਾ ਚਾਹੁੰਦਾ ਤਾਂ ਸ਼ੁਰੂਆਤ ਆਪਦੇ ਘਰ ਤੋਂ ਹੀ ਕਰਿਆ। ਤਾਂ ਬਸ ਉਹ ਸ਼ੁਰੂਆਤ ਇੰਨੀ ਕੁ ਅੱਛੀ ਹੋਈ ਕਿ ਉਹਦਾ ਇੰਨਾ ਕੁ ਵਧੀਆ ਹੁੰਗਾਰਾ ਬਣਿਆ ਕਿ ਉਹ ਇੰਨਾ ਵੱਧਦਾ ਵੱਧਦਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਰੀਬ ਸਾਡੇ 2010 ਦੇ ਜਿਹੜੀ ਸ਼ੁਰੂਆਤ ਤੁਸੀਂ ਆਪਣੇ ਘਰ ਤੋਂ ਸ਼ੁਰੂ ਕੀਤੀ ਕਿ ਫਿਰ ਜਿਹੜਾ ਫਾਜ਼ਿਲਕਾ ਬੜਾ ਸਰਹੱਦ 'ਤੇ ਵਸਿਆ ਹੋਇਆ ਇੱਕ ਟਾਊਨ ਹੈਗਾ, ਹੁਣ ਤਾਂ ਡਿਸਟ੍ਰਿਕਟ ਬਣ ਚੁੱਕਾ ਜੀ, ਜੀ ਜੀ, ਅਤੇ ਉੱਥੇ ਜਿਹੜੇ ਰਿਕਸ਼ੇ ਵਾਲੇ ਉਹਨਾਂ ਨੂੰ ਪਹਿਲਾਂ ਗੱਲ ਇਕੱਠੇ ਕਰਨਾ ਫਿਰ ਮਨਾਉਣਾ, ਇਹ ਤਾਂ ਬੜਾ ਵੱਡਾ ਟਾਸਕ। ਜੀ ਜੀ ਬਿਲਕੁਲ, ਇੱਕ ਬਹੁਤ ਵੱਡਾ ਚੈਲੰਜ ਸੀ, ਪਰ ਮੈਂ ਸ਼ਾਇਦ ਇਹ ਕਹਿ ਸਕਦਾ ਕਿ ਮੈਂ ਉਹ ਲੋਕਲ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ, ਉੱਥੇ ਉਸੇ ਸ਼ਹਿਰ 'ਚੋਂ ਪਲਿਆ ਵੱਡਿਆ ਸੀ, ਤਾਂ ਮੈਨੂੰ ਇੱਕ ਜਿਹੜੀ ਟਰੱਸਟ ਬਿਲਡਿੰਗਸ ਜ਼ਰੂਰ ਮਿਹਨਤ ਕਰਨੀ ਪਈ, ਲੇਕਿਨ ਉਹ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਜਦੋਂ ਮੈਂ ਪਹਿਲੀ ਵਾਰੀ ਜਾ ਕੇ ਉਹਨਾਂ ਨੂੰ ਮਿਲਿਆ, ਔਰ ਉਹਨਾਂ ਆਪਣੀ ਗੱਲ ਸਮਝਾਈ ਕਿ ਅਗਰ ਆਪਾਂ ਇਸ ਤਰ੍ਹਾਂ ਕਰੀਏ ਤਾਂ ਚੈਲੰਜਸ ਸੀ ਮੇਰੇ ਵਾਸਤੇ ਕਿ ਅਲੱਗ ਅਲੱਗ ਗਰੁੱਪਾਂ 'ਚ ਵੰਡੇ ਹੋਏ ਸੀ, 500 ਰਿਕਸ਼ਾ, ਕੋਈ 10-50, ਉਹਨਾਂ ਨੂੰ ਇਕੱਠਾ ਕਰਨਾ ਔਰ ਇੱਕ ਇੱਕ ਸੈਂਟਰਲਾਈਜ਼ ਸਿਸਟਮ ਦੇ ਅੰਡਰ ਲੈ
ਤਾਂ ਜਦੋਂ ਵਰਤਾਅ ਸ਼ੁਰੂ ਹੋ ਗਿਆ, ਡਿਮਾਂਡ ਆ ਗਈ, ਤਾਂ ਜੋ ਨਹੀਂ ਵੀ ਸੀ ਉਹ ਵੀ ਨਾਲ ਜੁੜਨਾ ਚਾਹੇ ਕਿ ਸਰ ਇੱਕ ਬਹੁਤ ਵਧੀਆ ਸਿਸਟਮ, ਕਿ ਸਾਡੀ ਆਮਦਨ 'ਚ ਵਾਧਾ ਹੋ ਗਿਆ, ਸਾਨੂੰ ਇੱਜ਼ਤ ਮਿਲਣ ਲੱਗ ਪਈ, ਲੋਕ ਫੋਨ ਕਰਕੇ ਸਾਡੇ ਨਾਲ ਪਰਸਨਲੀ ਕਨੈਕਟ ਹੋ ਗਏ ਨੇ, ਹਰ ਰਿਕਸ਼ਾ ਵਾਲਾ 5 ਜਾਂ 10 ਫੈਮਲੀਆਂ ਨਾਲ ਕਨੈਕਟ ਹੋ ਗਿਆ, ਜਿਵੇਂ ਟੈਕਸੀ ਵਾਲਾ ਹੁੰਦਾ ਕਿ ਹਰ ਉਹਦੇ ਸੁੱਖ ਦੁੱਖ 'ਚ ਉਹ ਕਦੇ ਕੱਪੜੇ ਦੇਣ ਜਾ ਰਹੇ ਨੇ, ਕਦੇ ਦਿਵਾਲੀ ਹੋਲੀ 'ਤੇ ਉਹਨਾਂ ਨੂੰ ਤਿਉਹਾਰਾਂ ਦੇ ਵਿਸ਼ ਮਿਲਣ ਲੱਗ ਪਏ। ਤਾਂ ਉਹ ਇੱਕ ਸੀ ਕਿ ਇੱਕ ਜਿਹੜਾ ਸਮਾਜ ਵਿੱਚ ਰਿਕਸ਼ਾ ਤਾਂ ਚੱਲਿਆ ਹੀ ਚੱਲਿਆ, ਲੇਕਿਨ ਉਹ ਗੈਪ ਵੀ ਕਾਫੀ ਘਟ ਗਿਆ ਕਿ ਉਹ ਰਿਕਸ਼ਾ ਵਾਲੇ ਦੀ ਸਮੱਸਿਆਵਾਂ ਘਰ ਤੱਕ ਪਹੁੰਚਣ ਲੱਗ ਪਈਆਂ ਕਿ ਉਹਦੇ ਬੱਚੇ ਨੂੰ ਬੇਟੀ ਨੂੰ ਪੜਾਉਣਾ ਚਾਹ ਰਿਹਾ, ਉਹਦੀ ਫੀਸ ਨਹੀਂ ਮਿਲ ਰਹੀ। ਸੋ ਇਸ ਤਰ੍ਹਾਂ ਦੀ ਕਈ ਚੀਜ਼ਾਂ ਜਿਹੜੀਆਂ ਸਮਾਜ ਨੂੰ ਉਹ ਬਹੁਤ ਲੋੜ ਬਹੁਤ ਉਹ ਇੱਕ ਇੱਕ ਟੈਕਨੋਲੋਜੀ ਨੇ, ਮੈਂ ਕਹਿੰਦਾ ਕਿ ਸ਼ਾਇਦ ਅਗਰ ਮੋਬਾਈਲ ਟੈਕਨੋਲੋਜੀ ਨੇ, ਇਸ ਕਰਕੇ ਮੈਨੂੰ ਕਹਿੰਦਾ ਕਿ ਡਿਜੀਟਲ ਇੰਪਾਵਰਮੈਂਟ, ਕਿ ਜਦੋਂ ਉਹਨਾਂ ਨੂੰ ਜੋੜਿਆ ਤਾਂ ਵਾਤਾਵਰਨ ਅਤੇ ਟਰਾਂਸਪੋਰਟੇਸ਼ਨ ਸਿਸਟਮ ਤਾਂ ਇੰਪਰੂਵ ਹੋਇਆ ਹੀ ਹੋਇਆ, ਲੇਕਿਨ ਉਹਦੇ ਨਾਲ ਇੱਕ ਸਮਾਜ 'ਚ ਜਿਹੜਾ ਇੱਕ ਸਮੀਕਰਨ ਸੀ ਕਿ ਜਿਹੜਾ ਗੈਪ ਖਤਮ ਹੋਇਆ, ਉਹ ਜੋ ਮੈਂ ਸੋਚਿਆ ਨਹੀਂ ਸੀ, ਸ਼ਾਇਦ ਉਹ ਇੱਕ ਐਡਵਾਂਟੇਜ ਬਣ ਕੇ ਆਇਆ। ਭਾਈਚਾਰਾ ਵੀ ਮਜ਼ਬੂਤ ਹੈ। ਅੱਛਾ, ਜਿਹੜੇ ਰਿਕਸ਼ੇ ਹੈਗੇ ਨੇ ਇਹਨਾਂ ਦੀ ਦੇਖ ਵੀ ਵੱਖਰੀ ਹੈਗੀ, ਤੇ ਜਿਹੜਾ ਗ੍ਰੀਨ ਕਲਰ ਦਿੱਤਾ ਗਿਆ ਇਹਦਾ ਕੀ ਪਿੱਛੇ? ਨਹੀਂ, ਗ੍ਰੀਨ ਜਿਸ ਤਰ੍ਹਾਂ ਜੀ ਮੈਂ ਕਹਿੰਦਾ ਵੀ ਗ੍ਰੀਨ ਇਜ਼ ਜਸਟ ਨਾਟ ਅ ਕਲਰ, ਇਟ ਇਜ਼ ਅ ਪਾਰਟ ਆਫ ਲਾਈਫ ਸਟਾਈਲ। ਬਿਲਕੁਲ। ਤਾਂ ਗ੍ਰੀਨ ਇੱਕ ਨਵਾਂ ਉਹ ਰਿਕਸ਼ਾ ਨੂੰ ਕਿਸੇ ਕੀ ਫਿਲਹਾਲ ਅਸੀਂ ਕੋਸ਼ਿਸ਼ ਸਟਾਰਟ ਜਦੋਂ ਕੀਤਾ ਕਿ ਅਸੀਂ ਜੋ ਪੁਰਾਣੇ ਰਿਕਸ਼ਾ ਸੀ ਸਿਰਫ ਉਹਨੂੰ ਟੈਲੀਫੋਨ 'ਤੇ ਮੁਹੱਈਆ ਕਰਾ ਦਿੱਤਾ ਲੋਕਾਂ ਨੂੰ, ਹੁਣ ਲੋਕ ਇਹ ਕਹਿਣ ਲੱਗ ਪਏ ਕਿ ਅਸੀਂ ਰਿਕਸ਼ਾ 'ਤੇ ਚੜ੍ਹਨ, ਫੋਨ 'ਤੇ ਸਾਡੇ ਘਰ ਰਿਕਸ਼ਾ ਆ ਰਿਹਾ, ਲੇਕਿਨ ਰਿਕਸ਼ਾ ਦੀ ਕੁਆਲਿਟੀ ਨਹੀਂ ਅੱਛੀ, ਖਾਸ ਕਰ ਰਿਕਸ਼ਾ ਨੂੰ ਯੂਜ਼ ਕਰਨ ਵਾਲੇ ਲੇਡੀਜ਼ ਜਾਂ ਬਜ਼ੁਰਗ ਹੁੰਦੇ ਨੇ, ਉਹਨਾਂ ਨੂੰ ਰਿਕਸ਼ਾ ਦੇ ਉੱਪਰ ਚੜ੍ਹਨ ਲੱਗਿਆਂ ਪ੍ਰੋਬਲਮ ਹੈ, ਉਹਦੇ 'ਤੇ ਬੈਠਣ ਲੱਗਿਆਂ ਪ੍ਰੋਬਲਮ ਹੈ, ਸੀਟ ਇਸ ਤਰ੍ਹਾਂ ਦੀ ਗਿਰ ਵੀ ਸਕਦੇ ਨੇ, ਰਿਕਸ਼ਾ ਦੀ ਕੁਆਲਿਟੀ ਨਹੀਂ ਇੰਨੀ ਅੱਛੀ। ਤਾਂ ਉਸ ਤੋਂ ਬਾਅਦ ਅਸੀਂ ਉਹਦੇ ਉੱਪਰ ਰਿਸਰਚ ਦਾ ਕੰਮ ਸ਼ੁਰੂ ਕੀਤਾ ਕਿ ਰਿਕਸ਼ਾ ਦੀ ਬਣਾਵਟ ਨੂੰ ਬਦਲਿਆ ਜਾਵੇ। ਬਿਲਕੁਲ। ਪੁਰਾਣਾ ਰਿਕਸ਼ਾ ਅਗਰ ਦੇਖਿਆ ਜਾਵੇ ਤਾਂ ਬਹੁਤ ਪਾਰਾ ਸੀ, ਕਰੀਬ 100 ਕਿਲੋ ਦੀ ਇੱਕ ਵੇਟ ਹੁੰਦਾ ਜੀ, ਇੱਕ ਲੱਕੜ ਵਾਲਾ ਰਿਕਸ਼ਾ ਜੋ ਪੁਰਾਣਾ ਅੱਜ ਕੱਲ੍ਹ ਪੰਜਾਬ 'ਚ ਤੁਹਾਨੂੰ ਦਿਖ ਰਿਹਾ ਹੋਏਗਾ। ਬਿਲਕੁਲ। ਉਹ ਇੱਕ ਤਾਂ 100 ਕਿਲੋ ਦਾ ਇੱਕ ਜੋ ਰਿਕਸ਼ਾ ਵਾਲਾ ਦੀ ਸਾਰੀ ਜ਼ਿੰਦਗੀ ਅਗਰ 35 ਜਾਂ 40 ਸਾਲ ਰਿਕਸ਼ਾ ਚਲਾਉਂਦਾ ਤਾਂ ਸੋਚੋ ਕਿ ਉਹ ਇੱਕ ਐਕਸਟਰਾ ਵੇਟ ਨੂੰ ਕੈਰੀ ਕਰ ਰਿਹਾ ਜਿੰਦਾ ਉਹਨੂੰ ਕਦੇ ਨਹੀਂ, ਔਰ ਉਹਦੀ ਬਾਡੀ ਦੇ ਉੱਤੇ ਸਟ੍ਰੇਨ ਪੈਂਦੀ ਹੈ, ਸ਼ਾਇਦ ਉਹਦੀ ਉਮਰ 5 ਸਾਲ ਵੈਸੇ ਹੀ ਘੱਟ ਜਾਂਦੀ ਹੈ। ਤਾਂ ਉਹਨੂੰ ਇੱਕ ਲਾਈਟ ਵੇਟ ਕਰਕੇ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਨਵੇਂ ਰਿਕਸ਼ਾ ਨੂੰ 65 ਕਿਲੋ ਦੇ ਵਿੱਚ ਤਿਆਰ ਕਰਤਾ, 65 ਤੋਂ 70 ਦੇ ਵਿੱਚ ਉਹਨੂੰ ਰੈਡੀ ਕਰਤਾ। ਸੋ 30 ਕਿਲੋ ਦੀ ਅਸੀਂ ਬਰਡਨ ਉਹਦੀ ਹਮੇਸ਼ਾ ਵਾਸਤੇ ਖਤਮ ਕਰ ਦਿੱਤੀ, ਪਲੱਸ ਉਹਦੇ ਨਾਲ ਥੋੜ੍ਹੀ ਕੋਸਟ ਘੱਟ ਗਈ ਕਿਉਂਕਿ ਤੁਸੀਂ ਲੱਕੜ ਨਹੀਂ ਯੂਜ਼ ਕਰ ਰਹੇ। ਸੋ ਈਕੋ ਫਰੈਂਡਲੀ ਆਪੇ ਹੋ ਗਿਆ ਕਿਉਂਕਿ ਅੰਬ ਦੀ ਲੱਕੜ ਦਾ ਰਿਕਸ਼ਾ ਬਣਦਾ, ਉਹ ਅੱਜ ਕੱਲ੍ਹ ਬਹੁਤ ਐਕਸਪੈਂਸਿਵ ਹੈ, ਤਾਂ ਤੁਹਾਡੀ ਕੋਸਟ ਘੱਟ ਗਈ, ਪ੍ਰੋਪਰ ਸਟੀਲ ਬਾਡੀ ਕਰਤੀ, ਅਤੇ ਉਹਨੂੰ ਅਸੀਂ ਲੋ ਫਲੋਰ ਕਰਤਾ, ਕਰੀਬ 30 ਸੈਂਟੀਮੀਟਰ, ਜੋ ਜਿੰਨੀ ਕੁ ਆਪਣੀ ਕਾਰ ਦੀ ਹਾਈਟ ਹੁੰਦੀ ਹੈ, ਤਾਂ ਕਿ ਬਜ਼ੁਰਗਾਂ ਨੂੰ ਚੜ੍ਹਨਾ ਜਾਂ ਉਤਰਨਾ ਆਸਾਨ ਹੋ ਜਾਏ। ਫਿਰ ਉਹਦੇ 'ਤੇ ਕੁਝ ਹੋਰ ਸੁਵਿਧਾਵਾਂ ਦਿੱਤੀਆਂ, ਜਿਵੇਂ ਨਿਊਜ਼ ਪੇਪਰ ਰੱਖਿਆ ਜਾ ਸਕਦਾ ਹੈ, ਸੀਟ ਬੈਲਟ ਲਗਾਤੀ, ਜਿੱਥੇ FM ਰੇਡੀਓ ਚੱਲਦਾ ਸੀ ਉੱਥੇ FM ਦੀ ਸੁਵਿਧਾ ਦਿੱਤੀ ਕਿ ਉੱਥੇ FM ਵੀ ਲਗਾ ਦਿਓ ਕਿ ਲੋਕ ਰਿਕਸ਼ਾ ਚਲਾਉਂਦੇ ਅਖਬਾਰ ਮੋਬਾਈਲ 'ਤੇ FM ਕੇ ਸੈਪਰੇਟ ਕੋਈ ਸੈਪਰੇਟ ਇੱਕ ਯੂਨਿਟ ਵਿੱਚ ਪਿਆ ਹੁੰਦਾ ਜੀ, ਪਰ ਲੇਕਿਨ ਉਹ ਸੁਵਿਧਾ ਜਿਹੜੇ ਸ਼ਹਿਰਾਂ ਦੇ ਵਿੱਚ ਚੱਲ ਰਿਹਾ, ਲੇਕਿਨ ਕੁਝ ਉਹਨਾਂ 'ਚ ਤਕਨੀਕੀ ਪ੍ਰੋਬਲਮ ਇਹ ਆਉਂਦੀ ਕਿ ਬਾਰਿਸ਼ ਵਾਲੇ ਦਿਨਾਂ 'ਚ ਸਾਨੂੰ ਉਸ ਤਰ੍ਹਾਂ ਦੀ ਚੀਜ਼ਾਂ ਨੂੰ ਬੰਦ ਕਰਨਾ ਪੈਂਦਾ ਕਿਉਂਕਿ ਰਿਕਸ਼ਾ ਵਾਟਰਪਰੂਫ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਦੀ ਅਸੀਂ ਕਿਉਂਕਿ ਕੁਝ ਬਦਲਾਵ ਕੀਤੇ ਤਾਂ ਜੋ ਲੋਕਾਂ ਨੂੰ ਹੋਰ ਵੀ ਤਾਂ ਅੱਛੇ ਲੱਗੇ, ਔਰ ਇੱਕ ਅੱਛਾ ਜਿਹੜਾ ਸਰਵੇ ਅਸੀਂ ਰੀਸੈਂਟਲੀ ਕੀਤਾ ਕਿ ਜਿੰਨੇ ਵੀ ਸਾਨੂੰ ਪਰ ਡੇ ਫੋਨ ਆ ਰਹੇ ਨੇ 100 ਤੋਂ 150 ਫਾਜ਼ਿਲਕਾ ਦੇ ਵਿੱਚ, ਉਹਨਾਂ 'ਚੋਂ ਜ਼ਿਆਦਾਤਰ ਫੋਨ ਕਰਨ ਵਾਲੇ ਕਾਰ ਵਾਲੇ ਹੁੰਦੇ ਨੇ। ਅੱਛਾ। ਤਾਂ ਮਤਲਬ ਕਾਰ ਘਰ 'ਚ ਖੜੀ ਹੈ ਤਾਂ ਸਾਨੂੰ ਇੱਕ ਬਹੁਤ ਵਧੀਆ ਚੀਜ਼ ਲੱਗੀ, ਅਦਰਵਾਈਜ਼ ਉਹਨਾਂ ਨੇ ਕਾਰ 'ਤੇ ਸ਼ਹਿਰ ਨੂੰ ਨਿਕਲਣਾ ਸੀ, ਕੰਜੈਸ਼ਨ ਵਧਣਾ ਸੀ, ਪੋਲਿਊਸ਼ਨ ਤਾਂ ਆਉਣਾ ਹੀ ਸੀ, ਰੋਡ ਸੇਫਟੀ ਦੇ ਉੱਤੇ ਵੀ ਇੱਕ ਗੱਲ ਬਣ ਸਕਦੀ ਸੀ। ਹੁਣ ਹੈ ਕਿ ਆਰਾਮ ਨਾਲ ਉਹ ਤੁਸੀਂ, ਔਰ ਸ਼ਾਇਦ ਪਾਰਕਿੰਗ ਦੀ ਵੀ ਸਮੱਸਿਆ ਸ਼ਹਿਰ 'ਚ ਪੈਦਾ ਹੋ ਸਕਦੀ। ਹੁਣ ਹੈ ਕਿ ਛੋਟੇ ਕੰਮਾਂ ਵਾਸਤੇ ਦੁੱਧ ਲੈਣ ਜਾਣਾ, ਸਬਜ਼ੀ ਲੈਣ ਜਾਣਾ, ਜਾਂ ਕਿਸੇ ਨੂੰ ਮਿਲਣ ਜਾਣਾ ਆਪਣੇ ਨੇਬਰਹੁੱਡ ਯੂਨਿਟ, ਲੋਕ ਸਿਆਣਗੇ 50 ਰੁਪਏ ਦੇ ਕੰਮ ਬਦਲੇ 500 ਰੁਪਏ ਦੇ ਤੇਲ ਕੋ ਫੂਕਣਾ, ਤੇ ਉਹ ਇੱਕ ਬਹੁਤ ਅੱਛਾ, ਔਰ ਉਹਨੂੰ ਹੀ ਔਰ ਈਕੋ ਕੈਬ ਇੱਕ ਨਵਾਂ ਨਾਮ ਦਿੱਤਾ ਗਿਆ ਉਸ ਪੂਰੇ ਹੀ ਬਦਲਾਵ ਨੂੰ। ਅੱਛਾ, ਜਿਹੜਾ ਤੁਹਾਡਾ ਕਨਸੈਪਟ ਦੀ ਫਾਜ਼ਿਲਕਾ ਤੋਂ ਸ਼ੁਰੂ ਕੀਤਾ, ਉਸ ਤੋਂ ਬਾਅਦ ਤੁਸੀਂ ਜ਼ਿਕਰ ਕੀਤਾ 23 ਸ਼ਹਿਰਾਂ 'ਚ ਚੱਲ ਰਿਹਾ। ਜੀ ਜੀ, ਇਹ ਸਰਕਾਰਾਂ ਨੇ ਤੁਹਾਡਾ ਕਨਸੈਪਟ ਮੰਨ ਲਿਆ, ਲੋਕਾਂ ਨੇ ਮੰਨ ਲਿਆ ਕਿ ਜਾਂ ਤੁਹਾਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ? ਨਹੀਂ, ਮੈਂ ਹਾਈਕੋਰਟ ਦਾ ਦਰਵਾਜ਼ਾ ਨਹੀਂ ਖੜਾਇਆ। ਇਸ ਤਰ੍ਹਾਂ ਹੋਇਆ ਕਿ ਜੀ ਇੱਕ ਟੀਵੀ ਸ਼ੋਅ ਦੇ ਵਿੱਚ ਹੀ ਮੈਂ ਗੀਤਿਕਾ ਕੱਲਾ ਜੀ ਨੂੰ ਮਿਲਿਆ, ਪ੍ਰਿੰਸੀਪਲ ਸੈਕਟਰੀ ਨੇ ਜੋ ਪੰਜਾਬ ਟੂਰਿਜ਼ਮ ਦੇ। ਬਿਲਕੁਲ। ਤਾਂ ਉਹਨਾਂ ਨੂੰ ਵੀ ਬਹੁਤ ਅੱਛਾ ਲੱਗਿਆ ਕਿ ਇੱਕ ਲੋਕ ਕਿਸ ਤਰ੍ਹਾਂ ਆਪਦੇ ਆਪ ਨੂੰ ਆਪਣੇ ਸਿਟੀ ਨੂੰ ਆਪਣੇ ਲੈਵਲ 'ਤੇ ਹੀ ਸਮਾਜ ਕਿਸ ਤਰ੍ਹਾਂ ਵਧਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਉਹਨਾਂ ਨੇ ਸਾਨੂੰ ਦਿੱਤਾ ਕਿ ਕਿਉਂ ਨਾ ਤੁਸੀਂ ਇਹ ਸੇਵਾ ਹਰਿਮੰਦਰ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਦੇ ਆਸਪਾਸ ਸ਼ੁਰੂ ਕਰੋ। ਬਿਲਕੁਲ। ਕਿਉਂਕਿ ਇੱਥੇ ਕਾਫੀ ਸਾਰੇ ਰਿਕਸ਼ਾ ਨੇ ਔਰ ਕਾਰ ਨੂੰ ਅਸੀਂ ਗੋਲਡਨ ਟੈਂਪਲ ਦੇ ਨੇੜੇ ਨਹੀਂ ਲਿਜਾ ਸਕਦੇ ਕਿਉਂਕਿ ਵਾਤਾਵਰਨ ਦੇ ਨਾਲ ਹੈ ਔਰ ਜਿਹੜੀ ਉਹਦੀ ਬਿਲਡਿੰਗ ਦੇ ਉੱਪਰ ਬਹੁਤ ਵੱਡਾ ਖਤਰਾ ਕਿ ਅਗਰ ਏਅਰ ਪੋਲਿਊਸ਼ਨ ਜਾਂ ਉਸ ਤਰ੍ਹਾਂ ਦੇ। ਤਾਂ ਉਹ ਚਾਹੁੰਦੇ ਸੀ ਕਿ ਉੱਥੇ ਰਿਕਸ਼ਾ ਚੱਲ ਰਹੇ ਨੇ, ਲੇਕਿਨ ਸੈਲਾਨੀ ਬਹੁਤ ਜ਼ਿਆਦਾ ਆਉਂਦੇ ਨੇ ਉੱਥੇ ਹਰ ਸਾਲ, ਕਰੀਬ 70 ਤੋਂ 80 ਹਜ਼ਾਰ ਤਾਂ ਡੇਲੀ ਹੈ ਸ਼੍ਰੀ ਹਰਿਮੰਦਰ ਸਾਹਿਬ ਜੋ ਮੱਥਾ ਟੇਕਣ ਵਾਲੇ।
मतलब मैं कोई केस दरवाजा नहीं खटकाना पर लेकिन अदालत नूं लग्गिया कि एक बहुत ही वधिया उपराला है कि एक पुरानी चीज़ नूं नवे रूप दे नाल सामने लैके आया जा रहा। तो उस तो बाद उन्होंने चीफ सैक्रटरी जी नूं ऑर्डर किए तो उन्होंने आप डिप्टी कमिश्नर फिरोजपुर और डिप्टी कमिश्नर अमृतसर मिस्टर कमल यादव सी उस टाइम फिरोजपुर के डिप्टी कमिश्नर और मिस्टर पन्नू सी उस टाइम अमृतसर के डिप्टी कमिश्नर दोनों ने ही अपनी एक सर्वे की रिपोर्ट कराई कि वाकई ही जो गल्लां कही जा रही ने अखबारों चो तत्थ उनके सही ने या नहीं। तो वह जो रिपोर्ट आई तो चीफ सैक्रटरी पंजाब नूं भी लग्या कि एक बहुत अच्छा काम है तो इमीडिएटली उस तो बाद ऑर्डर हो गए हर डिप्टी कमिश्नर कि अपने अपने जिले पद्धर से तुम बैंकों तो फाइनैंस करा के ये रिक्शा की इको कैब न हर जगह पर चलाया जाए। तो इस टाइम केड़े केड़े पंजाब दे केड़े केड़े शहर सारे ही डिस्ट्रिक्ट हैडक्वार्टर आलमोस्ट कवर्ड ने जी। अच्छा जिन्हें इस टाइम अगर पंजाब च 22 डिस्ट्रिक्ट्स ने और 23वां अपना यूटी कैपिटल की अगर गल की जाए तो 23 दे 23 हर डिस्ट्रिक्ट हैडक्वार्टर इस टाइम रिक्शा चल रहे हैं रिक्शे वाले ये फिर सरकार फाइनेंस रिक्शा लेके दे रहेगी। जी जी असल च की एक गरीब वास्ते बहुत ज़्यादा सुविधावान ऑलरेडी एग्जिस्ट कर रही थी। रिजर्व बैंक ऑफ इंडिया करीब कहता कि बैंक अपना जिन्ना भी प्रॉफिट करते हैं उनका 1% प्रॉफिट का कर्जा जिहड़ा गरीबां नूं बिना गारंटी देना है तुसीं 18,000 रुपये तक दे सकते हो उन्होंने DRI स्कीम कहिंदे ने लेकिन वो दिता नहीं जा रहा है क्योंकि शायद वो गरीब नूं रिक्शा वाले नूं तो बैंक के अंदर ही नहीं वड़न दिता जाता लोन की तो बहुत वड्डी गल है। लेकिन पंजाब एंड धन्नवाद करते हैं कि पंजाब एंड हरियाणा हाई कोर्ट का कि वो जो ऑर्डर आए और हर डिप्टी कमिश्नर ने उन्होंने बहुत ही पॉजिटिवली लिया। पंजाब अगर रिक्शा प्रचलित होया तो उन्होंने सारी मैं कहना कि जुडिशरी ब्यूरोक्रेसी सारी पॉलिटिशियन और सारे मीडिया मतलब वो सारे ही चार दे चार अंग ही अगर कहना कि डेमोक्रेसी के इको डायरेक्शन से काम कर रहे थे और नाल समाज के लोग अगे आ गए तो वो चीज़ ने आपे ही अगे वधना सी। तो उस तरह उन्होंने तो बैंकों नूं फाइनैंस अरेंज कराया गया 4% की ब्याज से और नवे वाले रिक्शा लुधियाना ज अमृतसर मैनुफैक्चर होने शुरू हो गए क्योंकि असी मैनुफैक्चर तो नहीं करते असी डिज़ाइन बनाते सिर्फ तो डिज़ाइन असी फ्री ऑफ कॉस्ट इंडस्ट्री नूं देता कि तुसीं प्रोड्यूस करो और सेल करो। तकरीब अज की डेट मतलब इन्हें 1500 रिक्शा चालकों सरकार वालों फाइनैंस किया जा चुका रिक्शा तो इस बकायदा तौर ईको कैब कोई सोसायटी बना जी 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 असी असी फाजिलका जी फाजिलका ईको कैब वैलफेयर सोसायटी है लेकिन हर सिटी के जिते भी हैं उत्थे कोई ना कोई एक लोकल NGO ही काम कर रहा है मतलब असी तो खुद नहीं ऑपरेट कर सकते असी एक नॉलेज शेयरिंग पार्टनर बन जाने कि उत्थे जाके उन्होंने दसी दा अपने एक्सपीरियंस किस तरह चलाना है कितों रिक्शा खरीदना है कि सुविधावान ने की रिक्शा वाले असी सुविधावान दे सकते हैं उन्होंने परिवारों का किमें ख्याल रखना है क्योंकि रिक्शा चलाना नहीं एक बड़ा बड़ा लेकिन जो उस किते विच लोग लगे ने उन्होंने दी सुख सुविधावान देखनिया बहुत जरूरी ने। तो इस तरह असी नाल जोड़िया जिमें पटियाला पटियाला फाउंडेशन कर रहे रवि आलूवालिया जी देख रहे हैं और उन्होंने तो बहुत ही अच्छा किया कि दोबारा असी क्योंकि पटियाला एक टूरिस्ट सिटी सी बिल्कुल तो करीब 100 रिक्शा चालक ने जिहड़े उन्होंने पंजाब पर्यटन विभाग नाल मिलकर एक हफ्ते का असी ट्रेनिंग प्रोग्राम बनाया उन्होंने वो सारे दे सारे रिक्शा चालक 100 दे 100 नवे रिक्शा वाले टूरिस्ट गाइड बनाते तो अगर तुसी पटियाला जाओ तो अगर तुसी वो एक फोन पे अगर रिक्शा बुक करते हो तो तुहाडे पूरे परिवार वास्ते वो जो रिक्शा वाला है तुहानू पूरा पटियाला भी घुमाएगा प्लस वो टूरिस्ट गाइड भी है तुहाडा तो फ्री ऑफ कॉस्ट शहर की महत्ता भी शहर की महत्ता तुहानू मोती बाग जा रहे हो जां लीला भवन जा रहे हो जां कोई साधु राम दी कचोरियां खाण जा रहे हो तो शहर दीआं तुहानू शॉपिंग तो लैके घुमाना फिराना और खाण पीन दीआं वस्तुआं एक पूरा पैकेज बनाया हैरीटेज वॉक के नाल उन्होंने जुड़िया हमने रीसेंटली शुरू हुई है कि वो तुहानू पूरे फूड कूपनस भी उन्हें इनकलूडिड ने कि तुहाडे पूरे परिवार को पूरा दिन घुमाएगा खाना भी नाल खिलाएगा तो शाम को तुहाडे होटल च वापस तुहानू छड्ड देगा। नवदीप जिता तुसीं जिक्र किया कोई 3 लाख रिक्शा चालक आ गए ने तो यकीनन तौर पर स्वाभाविक तौर पर पेट्रोल भी बचा होगा वातावरण किन्ना है कि असीं पलीत होने तो बचा सकेंगे जी। जी मैं दसदा कि करीब एक रिक्शा एवरेज 45 से 50 किलोमीटर चलता है पूरे दिन के अच्छा एवरेज और करीब 20 सवारियां वो ढोंदा एवरेज कुछ 30 भी कर लेंगे ने तो कुछ 10 तक ही रह जाने तो एवरेज की अगर गल की तो 20 सवारियां एक रिक्शा वाला ढोंदा तो करीब असी जो एसटीमेट किया कि एक अगर सेम ट्रिप असी मोटरसाइकिल या कार के उपर सानू करना पे या ईवन ऑटो पर भी करना पे तो उनके कंपैरिजन 3 लीटर साडा तेल की रोज़ की बचत एक रिक्शा कर रहा है। बिल्कुल तो अगर पंजाब अगर मैं 3 लाख रिक्शा की गल कर रहा तो रोज़ाना करीब 9 लाख लीटर तेल साडा पंजाब दा सिर्फ रिक्शा चालक बना रहे बचा रहे मतलब इन्हां दी होंद ही आदे आप च ईको फ्रेंडली है। बिल्कुल कि अदरवाइज़ वो सारे दे सारे जस्ट इमेजिन करो कि किन्ना कु देश दे उत्ते कर्जा चढ़ेगा कि वो असी सस्ता जदों सबसिडाइज करके असी डीजल देने आ प्लस 9 लाख लीटर रोज़ तेल नूं अग अगर पंजाब च लिया के लगा दीए तो किन्ना कु हवा साडी प्रदूषित होएगी बिल्कुल और किन्ना कु उहदा ग्लोबल वार्मिंग ते असर पएगा। तो साडी एडवोकेसी सिर्फ ये नहीं है क्योंकि जदों मोटर व्हीकल की गल आती है सिर्फ असी एग्जॉस्ट की गल करते हैं कि धुआं नहीं निकलता जी बड़ी वधिया लेकिन
एक चीज़ असं भुल जाते हैं कि जो 1 लीटर तेल है जो सा इंजन उन्होंने बर्न करता है तो वातावरण के ऑक्सीजन खिंचद 1 लीटर तेल में बर्न वास्ते करीब 15.2 किलो ऑक्सीजन या फ्रैश ताज़ी हवा की जरूरत होती है। साडा रिक्शा वह भी नहीं वेस्ट कर रहा, एग्जॉस्ट तो जीरो नहीं ने लेकिन असी फ्रैश एयर भी नहीं कंज्यूम कर रहे, तो उस हिसाब न टना के हिसाब न ही सा हवा बच रही है, 9 लाख लीटर तेल बच रहा और धुआं कोई नहीं और 3 लाख परिवार की रोज़ी रोटी ए चल रही है। और अगर तुम सड़क सुरक्षा की गल करो तो करीब 2010 साढ़े को आंकड़े आए थे कि साइकिल रिक्शा से चलने वाले सिर्फ 2 लाखों की मौत हुई है, वह भी कोई कार वाला उन्होंने हिट कर गया और बाकी सारे ही जो ट्रांसपोर्टेशन ने उन्होंने मौतों की संख्या हज़ारों ही है। बिल्कुल जी बिल्कुल, तो मेरे ख्याल सारे नालों सेफेस्ट और सस्टेनेबल और जिन्हों समाज वातावरण और सारे पास उनके फायदे ही फायदे ने, कोई नुकसान नहीं है जिंदा। तो अगर तुम लोगों की गल करो तो 60 लाख लोग आना जाना रोज़ पंजाब सिर्फ साइकिल रिक्शा से साइकिल रिक्शा से करते हैं, 60 लाख एक बहुत बड़ी गिनती हो जाती है जो कि 3 गुना है दिल्ली मैट्रो नालों। बिल्कुल, अगर दिल्ली मैट्रो रोज़ 20 लाख बंदे ट्रैवल करा रही है तो साडा साइकिल रिक्शा जी असी कहने कि साड़ी मैट्रो है जी रबर टायरों पर चलती है वो उसको 3 गुना ज़्यादा बंद ट्रांसपोर्ट करा रही है। बिल्कुल, अच्छा ये सिर्फ पंजाब चंडीगढ़ तो होर किसी स्टेट से भी लागू है जी? जी जी जी, हरियाणा भी ऑर्डर ने लेकिन हरियाणा ने इनकी कोई शुरुआत नहीं की, पर असी बड़ी जल्दी ही गुड़गांव च शुरू कर जा रहे हैं। गुड़गांव मैट्रो रैपिड मैट्रो जो उत्थे उन्होंने स्टार्ट हुई है मैट्रो, उन्होंने साड़ी गल चल रही है तो असी कुछ अपनी रिपोर्ट्स बना रहे हैं कि मैट्रो के 5 स्टेशन ने हर स्टेशन के बारे रिक्शा खड़ा होगा क्योंकि रिक्शा का परपज़ है लास्ट माइल कनैक्टिविटी। हाँ, कि तुम बहुत वधिया साधन से भी आ जाओ लेकिन घर के दरवाजे अगे तो रिक्शा ही कई बार लैके जाता तो तुम स्टेशन तक तुम किस तरह पहुँचोगे? मतलब मैट्रो नाल तो तुम अगे दिल्ली पूरा घूम सकते हो, गुड़गांव घूम सकते हो, लेकिन तुहाडे घर तो लैके स्टेशन तक आने का भी जो 1 किलोमीटर या 2 किलोमीटर का रास्ता है वो रिक्शा ने ही पूरा करना है। जो कार लैके आनी पेगी तो फिर उही प्रॉब्लम सड़कों पर आ जाएगी, उल्टा पार्किंग महंगी, पार्किंग महंगी, तो 19 रुपये तो असी साइकिल रिक्शा तो उस ही ना 5 स्टेशन के उपर इनिशियली असी कुछ रिक्शा लॉन्च कर रहे हैं जिंदे उपर रेट फिक्स होएगा। तुसी सिंपल बैठो जिहड़ा भी तुहाड़ी लोकैलिटी जिथे भी तुसी जाना चाहते हो आराम नाल बैठो बिना नैगोशिएट किए तुहाडे प्राइसिस फिक्स होणगे और तुसी जा सकते हो। अच्छा नवदीप जी, तुसी पंजाब रोड सेफ्टी वास्ते भी काम कर रहे हैगे ने, इस किसी का काम किवें दा काम चल रहा है, की मंतव की अगर रोड सेफ्टी का? देखो जी, रोड सेफ्टी का की है कि जो मैं दसा कि मेरा नॉन मोटर ट्रांसपोर्ट के नाल लेगा लेकिन मोटर ट्रांसपोर्ट के उपर भी मैं उन्ना ही नाल काम कर रहा हूँ और पंजाब गवर्निंग काउंसिल का मैं मैंबर हाँ पंजाब ट्रांसपोर्टेशन सोसायटी का। तो पंजाब जड़ियाँ ओवर द पीरियड जदों की इकनोमिक ग्रोथ हुई, अगर मिलीटेंसी ईरा की गल की जाए जदों का वो खत्म होया और इकनोमिक डिवेलपमेंट 91 के जो शुरुआत हुए सी आर्थिक, तो पंजाब एक रिच अमीर सूबा आने करके एकदम ही वो मोटर रेवोल्यूशन शुरू हो गया। मिलीटेंसी ईरा खत्म होने तो बाद जो नैक्सट ईरा शुरू हो मोटर रेवोल्यूशन शुरू हो गया, सड़क अच्छी बनन लग पी, सब कुछ होने लग पाया, लेकिन वो जी एक्सटरनैलिटी सी होने करके जो नुकसान होने वाले से उनके बारे किसी ने नहीं ख्याल किया। ही रिजल्ट है कि अब पंजाब करीब पिछले साल 4,800 मौत ने सिर्फ मतलब सड़कों के उपर, रोज़ करीब असी 13 से 14 आदमी पर डे पंजाब दी सड़कों के उत्ते मौत हो रही है और इस दे बारे किसी ने कोई लंबा चौड़ा ख्याल नहीं किया। गल्लां कीतियां जा रही सी सिक्ख्या देंगे लेकिन एक कॉन्क्रीट प्लान बन के जा उदे बारे और कारण सी कि शायद कुछ एक्सपर्ट्स की कमी सी कि स्टेट नू एक डायरेक्ट पुलिस अपना काम कर रही सी, सिक्ख्या विभाग अपना काम कर रहा सी लेकिन आपस में कोई कोऑर्डीनेशन नहीं सी। तो वह सारिया समस्या देख के जो मैं 2008 वापस आया एज ए प्रोजेक्ट मैनेजर, मैं रोड सेफ्टी का इंचार्ज बनाया गया वर्ल्ड बैंक वास्ते एंड दैन उतों मैं एक पॉलिसी की फॉर्म से एक कोशिश करनी शुरू की बिकॉज मेरे बड़ी छोटी पोस्ट सी लेकिन कोऑर्डीनेशन और पंजाब बड़ा सारे ही मैं डिपार्टमेंट की बड़ी अच्छी सपोर्ट मिली और जो मैं करना चाहता सी मैं काफ़ी हद तक उन्होंने इंप्लीमेंट करांदा गया और वो हले उस बड़े ही शुरुआती दौर पर कि हले तो लोगों को समझ आ रहा है कि एक्सीडेंट हो कि कारण करके रहे हैं, असीं बिना कारणों नूं समझे ही काम करते जा रहे सी। नहीं इहदे साडियां जिहड़ियां तंग सड़कां के जां जिहड़ी रश जिहड़ी हैगी साडी व्हीकल चलाउण दी आदत जिहड़ी हैगी नहीं ओह जिम्मेवार आदत दी कोई नहीं। अगर तुसीं देखोगे एक बड़ा एक जनरल जिहा हैगा कि कॉन्सैप्ट कि बड़ी जल्दी इंसानी बिहेवियर नूं ब्लेम कर दिता जांदा बट द फैक्ट इज़ कि अगर तुसीं अमरीका जां कैनेडा चले जाओ तो जिहड़े उत्थे बेस्ट ऑफ द ड्राइवर ने सारे ही पंजाबी ने। अच्छा, तां जेनेटिकली कोई प्रॉब्लम नहीं है पंजाबियों के, कारण है कि उतों का जो सा उतों का जो इंफ्रास्ट्रक्चर और इतों का इंफ्रास्ट्रक्चर जमीन आसमान का उतों का एनफोर्समेंट लैवल और इस तरह की कई चीज़ा ने तो वो वाली चीज़ों की कई एनफोर्समेंट इतने जरूरत और प्लस है कि सानू अपने सिस्टम को खुद समझना पेगा। असी वैसटर्न मॉडल के अकॉर्डिंग अपन इंफ्रास्ट्रक्चर बना रहे हैं फ्लाईओवर बना के चौड़िया सड़क, लेकिन सानू ये समझना पेगा उत्थे सिर्फ ही सिर्फ कारा चलदी हैं, उत्थे
ਪੈਦਲ ਚੱਲਣ ਵਾਲੇ ਜਾਂ ਸਾਈਕਲ ਵਾਲੇ ਜਾਂ ਰਿਕਸ਼ਾ ਵਾਲੇ ਨਹੀਂ ਹਨ, ਉੱਥੇ ਜਾਨਵਰਾਂ ਜਾਂ ਗੱਡੀਆਂ ਨਹੀਂ ਹਨ, ਤਾਂ ਪਹਿਲਾਂ ਤਾਂ ਸਾਨੂੰ ਆਪਣੀ ਸਮੱਸਿਆ ਸਮਝਣੀ ਪਏਗੀ ਕਿ ਸਾਡੇ ਵਹੀਕਲ ਕਿਸ ਤਰ੍ਹਾਂ ਦੀ ਸੜਕਾਂ 'ਤੇ ਚੱਲਦੇ ਨੇ, ਔਰ ਉਹਨਾਂ ਵਹੀਕਲ ਦੇ ਅਕੋਰਡਿੰਗ ਸਾਨੂੰ ਆਪਣਾ ਇਨਫਰਾਸਟ੍ਰਕਚਰ ਬਣਾਉਣਾ ਪਏਗਾ। ਪਿਛਲੇ 10 ਕੁ ਸਾਲਾਂ 'ਚ ਜਿਹੜਾ ਵੀ ਅਸੀਂ ਇਨਫਰਾਸਟ੍ਰਕਚਰ ਬਣਾਇਆ ਉਹ ਸਿਰਫ ਇੱਕ ਤਰ੍ਹਾਂ ਦੇ ਟਰਾਂਸਪੋਰਟੇਸ਼ਨ ਸਿਸਟਮ ਨੂੰ ਸਪੋਰਟ ਕਰਦਾ, ਲਾਈਕ ਕਾਰਾਂ ਜਾਂ ਫਾਸਟ ਮੂਵਿੰਗ ਨੂੰ। ਬਿਲਕੁਲ, ਸਲੋ ਮੂਵਿੰਗ ਜਿਹੜੀ ਪੰਜਾਬ ਦੀ ਪਹਿਚਾਣ ਰਹੇ ਨੇ ਸਾਡੇ ਗੱਡੇ, ਹਰ ਚੀਜ਼ ਉਹ ਅੱਜ ਵੀ ਐਗਜ਼ਿਸਟ ਕਰਦੀ ਹੈ। ਪੰਜਾਬ ਦਾ ਇੱਕ ਸਰਵੇ ਅਗਰ 65 ਲੱਖ ਗੱਡੀਆਂ ਨੇ ਰਜਿਸਟਰਡ ਨੇ, ਮਤਲਬ ਤਾਂ ਕਰੀਬ 42 ਲੱਖ ਨੋਨ ਮੋਟਰ ਵਹੀਕਲ ਨੇ ਸਾਡੇ ਗੱਡੇ ਜਾਂ ਉਹ ਸਭ ਚੀਜ਼ਾਂ, ਤਾਂ ਉਹਨਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਸੋ ਮੇਰੀ ਕੋਸ਼ਿਸ਼ ਸ਼ੁਰੂ ਤੋਂ ਹੀ ਇੱਥੇ ਰਹੀ ਹੈ ਕਿ ਪਹਿਲਾਂ ਅਸੀਂ ਆਪਦੇ ਸਿਸਟਮ ਨੂੰ ਸਮਝੀਏ ਔਰ ਉਹਦੇ ਅਕੋਰਡਿੰਗ ਹੀ ਅਸੀਂ ਸੋਲਿਊਸ਼ਨ ਲੈ ਕੇ ਆਈਏ। ਤਾਂ ਬਿਹੇਵੀਅਰ ਇੱਕ ਮੈਂ ਇਹ ਕਹਿੰਦਾ ਕਿ ਇੱਕ ਸਾਜਿਸ਼ ਹੁੰਦੀ ਹੈ, ਕਿਉਂਕਿ ਜਿਹੜੀ ਵੀ ਕਾਰਾਂ ਬਣਾਉਣ ਵਾਲੇ ਨੇ ਜਾਂ ਜਿਹੜੇ ਸੜਕਾਂ ਬਣਾਉਣ ਵਾਲੇ ਨੇ, ਇਹ ਦੋ ਬਹੁਤ ਜ਼ਿਆਦਾ ਰਿਸਪੋਂਸੀਬਲ ਨੇ ਐਕਸੀਡੈਂਟਸ ਦੇ ਕਾਰਨ। ਇਹ ਦੋਨਾਂ ਕੋਲ ਹੀ ਬਹੁਤ ਪੈਸਾ ਹੈ, ਤਾਂ ਹਮੇਸ਼ਾ ਉਹ ਜਿਹੜੀ ਫੰਡਿੰਗ ਕਰਦੇ ਨੇ ਅਵੇਅਰਨੈਸ ਦੀ ਕਿ ਤੁਸੀਂ ਲੋਕਾਂ ਨੂੰ ਅਵੇਅਰਨੈਸ, ਤਾਂ ਕਿ ਸਾਡੇ ਉੱਪਰ ਕਦੇ ਬਲੇਮ ਨਾ ਆਏ। ਬਟ ਦ ਫੈਕਟ ਇਜ਼ ਕਿ ਫਾਲਟੀ ਇਨਫਰਾਸਟ੍ਰਕਚਰ, ਸਾਡੀਆਂ ਸੜਕਾਂ ਦੀ ਗਲਤ ਬਣਾਵਟ ਔਰ ਸਾਡੀਆਂ ਵਹੀਕਲ ਦੀਆਂ ਗਲਤ ਬਣਾਵਟ, ਉਸ ਦੇ ਕਾਰਨ ਹੀ ਕਰੀਬ 90% ਮੌਤਾਂ ਹੋ ਜਾਂਦੀਆਂ। ਸਾਡਾ ਤਾਂ ਇੱਕ ਮੋਟਾ ਜਿਹਾ ਫੰਡਾ ਹੈਗਾ ਨਾ, ਜੇ ਸਕੂਟਰ ਵਾਲੇ ਨੂੰ ਸਾਈਕਲ ਵਾਲੇ ਨੇ ਕੀਤਾ ਸਕੂਟਰ ਵਾਲੇ ਕਸੂਰ, ਕਾਰ ਵਾਲੇ ਨੇ ਕੀਤਾ ਤੇ ਕਾਰ ਵਾਲੇ ਕਸੂਰ, ਵੱਡੀ ਗੱਡੀ ਦਾ। ਤਾਂ ਉਹ ਕੁਛ ਸਾਡੇ ਕਾਨੂੰਨ ਦੇ ਵਿੱਚ ਵੀ ਇਹ ਜੀਆਂ ਕਮੀਆਂ ਨੇ ਜਿਨ੍ਹਾਂ ਨੂੰ ਮਤਲਬ ਦਰੁਸਤ ਕੀਤਾ ਜਾ ਰਿਹਾ ਮੋਟਰ ਵਹੀਕਲ ਐਕਟ ਦੇ ਵਿੱਚ ਵੀ ਅਮੈਂਡਮੈਂਟ, ਕਿਉਂਕਿ ਸਾਡੇ ਐਕਟ ਜਿਹੜੇ ਨੇ ਕਰੀਬ 30 ਤੋਂ 40 ਸਾਲ ਜਾਂ 50 ਸਾਲ ਪੁਰਾਣੇ ਨੇ, ਔਰ ਜਿਹੜੀ ਵਹੀਕਲ ਦੀ ਟੈਕਨੋਲੋਜੀ ਉਹ ਹਰ ਸਾਲ ਨਵੀਂ ਬਦਲ ਕੇ ਆ ਜਾਂਦੀ ਹੈ। ਸੇਮ ਸਾਡੀਆਂ ਸੜਕਾਂ ਵੀ ਉਵੇਂ ਹੀ ਬਦਲ ਜਾਂਦੀਆਂ, ਲੇਕਿਨ ਸਾਡੇ ਕਾਨੂੰਨ ਜਿਹੜੇ ਉਹਨਾਂ ਨੂੰ ਚਲਾਉਣ ਵਾਲੇ ਨੇ ਉਹ ਉਵੇਂ ਹੀ ਪੁਰਾਣੇ ਚੱਲਦੇ ਰਹਿੰਦੇ ਨੇ। ਫੋਰ ਐਗਜ਼ਾਮਪਲ, ਪੰਜਾਬ ਦੀ ਮੈਂ ਐਗਜ਼ਾਮਪਲ ਦੇਣਾ, ਜਿਹੜਾ ਅਸੀਂ ਰਿਸਰਚ ਵਿੱਚੋਂ ਕੱਢਿਆ ਕਿ ਪੰਜਾਬ 'ਚ 2011 ਦੇ ਵਿੱਚ ਕਰੀਬ 9.5 ਲੱਖ ਚਲਾਣ ਹੋਏ ਪੰਜਾਬ ਪੁਲਿਸ ਨੇ ਕੀਤੇ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਪਿੱਛੇ। 9.5 ਲੱਖ ਚਲਾਣ ਮਤਲਬ ਅਗਰ 2000 ਬੰਦਾ ਪੰਜਾਬ ਪੁਲਿਸ ਦਾ ਟ੍ਰੈਫਿਕ ਦੀ ਦੇਖ ਰੇਖ ਕਰ ਰਿਹਾ ਪੂਰੇ ਪੰਜਾਬ 'ਚ, ਤਾਂ ਇੱਕ ਆਦਮੀ 475 ਚਲਾਨ ਕਰ ਰਿਹਾ ਇੱਕ ਸਾਲ ਦੇ ਵਿੱਚ, ਜੋ ਕਿ ਬਹੁਤ ਵੱਡੇ ਨੰਬਰ ਨੇ, ਮਤਲਬ ਇਸ ਬੈਟਰ ਦੈਨ ਦਿੱਲੀ ਐਂਡ ਚੰਡੀਗੜ੍ਹ ਅਗਰ ਇਨਫੋਰਸਮੈਂਟ ਦੀ ਗੱਲ ਕੀਤੀ। ਲੇਕਿਨ ਚਲਾਨ ਹੋ ਕਿਹੜੇ ਰਹੇ ਸੀ, ਜਦੋਂ ਅਸੀਂ ਉਹਨਾਂ ਨੂੰ ਅੱਛੀ ਤਰ੍ਹਾਂ ਉਹਦੀ ਕੋਕ ਕੀਤੀ ਤਾਂ ਪਤਾ ਲੱਗਿਆ ਕਿ ਉਹ ਗੱਡੀ ਸਾਈਡ 'ਤੇ ਲਾਲਾ ਹੈ, ਨੰਬਰ ਪਲੇਟ ਦਾ ਚਲਾਨ ਹੈ, ਸੀਟ ਬੈਲਟ ਦਾ ਕੋਈ ਚਲਾਨ ਨਹੀਂ ਹੈ, ਬਲੈਕ ਫਿਲਮ ਦਾ ਚਲਾਨ ਹੈ। ਇਹ ਨਹੀਂ ਮੈਂ ਕਹਿੰਦਾ ਕਿ ਇਸ ਤਰ੍ਹਾਂ ਦੇ ਚਲਾਨਾਂ ਦੀ ਜ਼ਰੂਰਤ ਨਹੀਂ ਹੈ, ਬਿਲਕੁਲ ਉਹਨਾਂ ਦਾ ਆਪਣਾ ਇੱਕ ਰੋਲ ਹੈ, ਉਹਨਾਂ ਦੀ ਵੀ ਜ਼ਰੂਰਤ ਹੈ, ਲੇਕਿਨ ਸੜਕ ਸੁਰੱਖਿਆ ਵਾਸਤੇ ਕਿਹੜੇ ਚਲਾਨ ਦੀ ਜ਼ਰੂਰਤ ਹੈ, ਓਵਰ ਸਪੀਡਿੰਗ ਦੀ ਜ਼ਰੂਰਤ ਹੈ, ਸੀਟ ਬੈਲਟ ਦੀ ਜ਼ਰੂਰਤ ਹੈ, ਹੈਲਮਟ ਦੀ ਜ਼ਰੂਰਤ ਹੈ, ਡਰਿੰਕ ਐਂਡ ਡਰਾਈਵ ਦੀ ਜ਼ਰੂਰਤ ਹੈ, ਰੈੱਡ ਲਾਈਟ ਜੰਪਿੰਗ ਦੀ ਜ਼ਰੂਰਤ ਹੈ। ਇਹਨਾਂ ਦੇ ਉੱਪਰ ਪੂਰੇ ਪੰਜਾਬ 'ਚ 0.7% ਚਲਾਨ ਹੋਏ ਨੇ, ਬਾਕੀ 9,45,000 'ਚੋਂ 0.7% ਚਲਾਨ ਨੇ ਜਿਹੜੇ ਸਿਰਫ ਜਿਹੜੇ ਸੜਕ ਸੁਰੱਖਿਆ ਨਾਲ ਜ਼ਿੰਮੇਵਾਰ ਨੇ। ਤਾਂ 0.7 ਨਾਲ ਤਾਂ ਤੁਸੀਂ ਸਾਰੀ ਮਤਲਬ ਨੋ ਡਾਊਟ 20 ਕਰੋੜ ਰੁਪਏ ਦੇ ਕਰੀਬ ਟੈਕਸ ਚਲਾਨ ਦੇ ਪੈਸੇ ਇਕੱਠੇ ਹੋ ਗਏ, ਚਲਾਨ ਵੀ ਵਧੇ, ਲੇਕਿਨ ਰਿਜ਼ਲਟ ਕੋਈ ਨਹੀਂ ਆਇਆ। ਉਹਦਾ ਕਾਰਨ ਇਹ ਸੀ ਕਿ ਅਸੀਂ, ਔਰ ਜਦੋਂ ਫਿਰ ਪਤਾ ਫਰਦਰ ਕੀਤਾ ਗਿਆ ਤਾਂ ਸਾਡੇ ਕੋਲ ਗੈਜਟਸ ਹੀ ਨਹੀਂ ਹੈ। ਅੱਛਾ, ਕਰੀਬ 60 ਐਲਕੋਮੀਟਰ ਨੇ ਡਰਿੰਕ ਐਂਡ ਡਰਾਈਵ ਟੈਸਟ ਕਰਨ ਵਾਸਤੇ, ਉਹਨਾਂ ਵਿੱਚੋਂ 35 ਚੱਲਦੇ ਨੇ, 25 ਸ਼ਾਇਦ ਖਰਾਬ ਪਏ ਨੇ। ਤਾਂ ਤੁਸੀਂ ਸੋਚੋ ਕਿ ਪੂਰੇ ਇਕੱਲੇ ਚੰਡੀਗੜ੍ਹ ਪੁਲਿਸ 'ਚ 80 ਨੇ, ਪੂਰੇ ਪੰਜਾਬ 'ਚ 35 ਨੇ। ਤਾਂ ਇਹ ਜਿਹੀਆਂ ਸਮੱਸਿਆਵਾਂ ਜਦੋਂ ਅਸੀਂ ਦੇਖਿਆ ਕਿ ਸਾਡੇ ਆਪਣੇ ਸਿਸਟਮ ਨੂੰ ਪਹਿਲਾਂ ਦਰੁਸਤ ਕਰਨ ਦੀ ਜ਼ਰੂਰਤ ਹੈ, ਤਾਂ ਉਹ ਸਾਰਾ ਰਿਸਰਚ ਦੀਆਂ ਫਾਈਂਡਿੰਗ ਸੀ ਜਿਹਨੂੰ ਅਸੀਂ ਇੱਕ ਰੂਟ ਸੇਫਟੀ ਪਾਲਿਸੀ ਡਾਕਟਰ ਪ੍ਰਮੋਦ ਗਵਰਨੈਂਸ ਰਿਫੋਰਮ ਕਮਿਸ਼ਨ 'ਚ ਮੈਨੂੰ ਥੋੜ੍ਹਾ ਜਿਹਾ ਕੰਮ ਕਰਨ ਦਾ ਮੌਕਾ ਮਿਲਿਆ। ਤਾਂ ਉਹਨਾਂ ਨੇ ਬਹੁਤ ਜ਼ਿੰਮੇਦਾਰੀ ਨਾਲ ਇਹ ਚੀਜ਼ ਨੂੰ ਲਿਆ ਕਿ ਪਹਿਲਾਂ ਤਾਂ ਇੱਕ ਅੱਛੀ ਇੱਕ ਪਾਲਿਸੀ ਬਣਾਈ ਕਿ ਹਰ ਅਲੱਗ ਅਲੱਗ ਸਟੇਕ ਹੋਲਡਰਸ, ਬਿਲਕੁਲ, ਕਿ ਸਾਡੀਆਂ ਮਤਲਬ ਇੱਕ ਕਹਿ ਦੇਣਾ ਕਿ ਜੀ ਚਲਾਨ ਵਧਾ ਦਿਉ, ਚਲਾਨ ਵੱਧ ਜਾਂਦੇ ਨੇ ਲੇਕਿਨ ਰਿਜ਼ਲਟ ਨਹੀਂ ਆਉਂਦਾ, ਰਿਜ਼ਲਟ ਆਏਗਾ ਹੀ ਨਹੀਂ, ਕਿਉਂਕਿ ਜਦੋਂ ਨਵੀਆਂ ਦੋ ਡਿਸਟ੍ਰਿਕਟ ਫਾਜ਼ਿਲਕਾ ਜਾਂ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ 0 ਚਲਾਨ ਹੈ, ਕਿਉਂਕਿ ਉਹਨਾਂ ਕੋਲ ਡਿਵਾਈਸ ਹੀ ਨਹੀਂ ਹੈ, ਨਾ ਤਾਂ ਓਵਰ ਸਪੀਡਿੰਗ ਨੂੰ ਪਕੜਨ ਵਾਸਤੇ ਕੋਈ ਡਿਵਾਈਸ ਹੈ, ਨਾ ਡਰਿੰਕ ਐਂਡ ਡਰਾਈਵ ਨੂੰ ਪਕੜਨ ਵਾਸਤੇ ਕੋਈ ਡਿਵਾਈਸ ਹੈ। ਤਾਂ ਕਿਸ ਤਰ੍ਹਾਂ ਹੋਏਗਾ ਔਰ ਉਹ ਡਿਸਟ੍ਰਿਕਟ ਨੂੰ ਬਣੇ ਕਰੀਬ 2 ਸਾਲ ਹੋਣ ਚੱਲੇ ਨੇ। ਸੋ ਉਸ ਤਰ੍ਹਾਂ, ਲੇਕਿਨ ਉਹਦਾ ਬਹੁਤ ਅੱਛਾ ਐਜਾ ਨਹੀਂ ਕਿ ਪੰਜਾਬ ਗਵਰਨਮੈਂਟ ਨੇ ਕੀਤਾ, ਨਹੀਂ, ਪੰਜਾਬ ਹੀ ਪਹਿਲਾ ਸੂਬਾ ਹੈ ਕਿ ਉਹਨਾਂ ਨੇ ਨੋਟੀਫਾਈ ਕਰਤਾ ਕਿ ਜਿੰਨੀ ਵੀ ਚਲਾਨ ਦੀ ਅਮਾਊਂਟ ਇਕੱਠੀ ਹੋਏਗੀ ਉਹਦਾ 50% ਹੈ ਉਹ ਸਿਰਫ ਸੜਕ ਸੁਰੱਖਿਆ 'ਤੇ ਲਗਾਇਆ ਜਾਏਗਾ, ਜੋ ਕਿ ਇੱਕ ਬਹੁਤ ਵਧੀਆ ਯੂਨੀਕ ਔਰ ਸ਼ਾਇਦ ਅਸੀਂ ਪਹਿਲਾ ਹੀ ਸੂਬਾ ਜਿਨ੍ਹਾਂ ਨੇ ਕੀਤਾ। ਲੇਕਿਨ ਇਹ ਕਿ ਪਹਿਲਾਂ ਅਸੀਂ ਉਹਦੀ ਪ੍ਰੋਬਲਮ ਨੂੰ ਸਮਝਿਆ ਕਿ ਪ੍ਰੋਬਲਮ ਹੈ ਕਿੱਥੇ, ਕਾਪੀ ਪੇਸਟ ਨਹੀਂ ਕਰਨਾ, ਇਹ ਬਹੁਤ ਜ਼ਰੂਰੀ ਹੈ ਸਾਨੂੰ, ਤਾਂ ਉਹ ਕਰਤਾ ਔਰ ਅੱਜ ਤੋਂ ਬਾਅਦ ਉਹ ਨੋਟੀਫਾਈ ਹੋ ਗਿਆ ਔਰ ਬਹੁਤ ਜਲਦੀ ਹੀ ਕਾਫੀ ਬਲਕ ਲੈਵਲ 'ਤੇ ਪ੍ਰੋਕਿਓਰਮੈਂਟ ਹੋ ਰਹੀ ਹੈ ਸਾਰੇ ਇਕਵਿਪਮੈਂਟਸ ਦੀ। ਅਤੇ ਪੰਜਾਬ 'ਚ ਇਸ ਤਰ੍ਹਾਂ ਦੀ ਜਿਹੜੀ ਜ਼ਰੂਰਤ ਹੈ ਉਹ ਦੂਸਰੇ ਜਿਹੜੇ ਸਾਡੇ ਮੂਵਿੰਗ ਵਾਇਲੇਸ਼ਨ ਹੈ ਜਿਨ੍ਹਾਂ ਦੇ ਕਰਕੇ ਰੋਡ ਸੁਰੱਖਿਆ ਜ਼ਿੰਮੇਵਾਰ ਹੈ ਉਹਨਾਂ ਦੇ ਉੱਪਰ ਵੀ ਕੰਮ ਸ਼ੁਰੂ ਹੋ ਜਾਏਗਾ ਜਲਦੀ। ਚਲੋ ਨਵਦੀਪ ਜੀ, ਤੁਸੀਂ ਸਾਡੇ ਸਟੂਡੀਓ 'ਚ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ, ਜਿਹੜੀਆਂ ਤੁਹਾਡੀਆਂ ਕੋਸ਼ਿਸ਼ਾਂ ਜ਼ਰੂਰ ਇੱਕ ਦਿਨ ਰੰਗ ਲਿਆਉਣਗੀਆਂ। ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਜੇ ਅਸੀਂ ਹਵਾ ਪਾਣੀ ਅਤੇ ਵਾਤਾਵਰਨ ਨੂੰ ਪਲੀਤ ਕਰ ਦਿੱਤਾ ਤਾਂ ਆਉਣ ਵਾਲੀਆਂ ਨਸਲਾਂ ਕਦੇ ਵੀ ਸਾਨੂੰ ਮਾਫ਼ ਨਹੀਂ ਕਰਨਗੀਆਂ। ਪਰ ਇਹ ਵੀ ਇੱਕ ਸੱਚਾਈ ਹੈ ਕਿ ਕੁਦਰਤ ਨਾਲ ਖੇਡਣਾ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ। ਉੱਤਰਾਖੰਡ ਵਿੱਚ ਵਾਪਰਿਆ ਤਬਾਹੀ ਦਾ ਮੰਜ਼ਰ ਇਸ ਦੀ ਤਾਜ਼ਾ ਮਿਸਾਲ ਹੈ। ਇਹ ਸਾਨੂੰ ਰਲ ਮਿਲ ਕੇ ਹੀ ਸੋਚਣਾ ਪਵੇਗਾ। ਫਿਲਹਾਲ ਜਾਗੋ ਪੰਜਾਬ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਇੱਕ ਨਵੇਂ ਮੁੱਦੇ ਅਤੇ ਨਵੀਂ ਹਸਤੀ ਨਾਲ ਕੱਲ੍ਹ ਫਿਰ ਮਿਲਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ, ਹਮੇਸ਼ਾ ਹੱਸਦੇ ਰਹੋ, ਵੱਸਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।